ਅਸੀਂ ਗਾਜ਼ੀ ਕੀ ਹਾਲ ਚਾਲ ਠੀਕ ਠਾਕ ਹੋ ਆਪਾਂ ਜਿਹੜੇ ਉਹਨੂੰ ਕਣਕ ਬੀਜੀ ਸੀ ਤਾਂ ਪੱਠੇ ਬੀਜੇ ਸੀ ਅਤੇ ਵੱਟਾਂ ਪਾਉਣੀਆਂ ਅੱਜ ਅਤੇ ਪਹਿਲਾਂ ਇੱਥੇ ਪਾਉਣੇ ਆ ਆ ਪੱਠਿਆਂ ਵਾਲੀ ਥਾਂ 'ਚ ਜਿਹੜੀ ਸਾਹਮਣੇ ਬਿਲਡਿੰਗ ਦਿਖ ਰਹੀ ਹੈ ਬਾਬਾ ਕਰਨ ਦਾਸ ਗੁਰੂ ਘਰ ਆ ਉਹ ਹੋਸਪਿਟਲ ਬਾਬਾ ਕਰਨ ਦਾਸ ਲੈ ਵੀ ਚੋਪਰ ਖਿਆ ਜਾਤੀ ਚਾਹ ਵੀ ਆ ਗਈ ਆਪਣੀ ਲੈ ਉਹ ਫੜਾਓ ਜੀ ਆਹ ਇਹ ਗਲਾਸ ਭਰ ਕੇ ਆਪਾਂ ਇੱਦਾਂ ਹੁਣ ਫਰੀ ਹੋਇਆ ਮੈਂ ਕੰਮ ਤੋਂ ਟਾਈਮ ਵੱਜ ਗਿਆ ਹੁਣ ਰੋਟੀ ਨਸੀਬ ਹੋਣ ਲੱਗੀ ਆ ਮੋਤੀ ਸੋਹਣ ਆ ਗਈ ਯਾਰ ਇਹ ਪੈ ਚੁੱਪ ਕਰਕੇ ਮੈਂ ਪ੍ਰੀਤ ਬਾਕੀ ਤੇਰੀ ਸਵਾਦ ਆ ਤਾਂ ਮਿੱਤਰਾ ਆਈ ਓ ਮਾਈ ਗੋਡ ਅੱਜ ਵੀ ਆਹੀ ਚੱਲੂ ਅਸੀਂ ਗਾਜ਼ੀ ਕੀ ਹਾਲ ਚਾਲ ਠੀਕ ਠਾਕ ਹੋ ਦੇਖੋ ਗਵਾਂਢੀਆਂ ਦੇ ਪੁਰਾਣੇ ਪੁਰਾਣੇ ਆਏ ਲੱਗਦੇ ਆਪਾਂ ਜਿਹੜੇ ਉਦੋਂ ਕਣਕ ਬੀਜੀ ਸੀ ਤੇ ਪੱਠੇ ਬੀਜੇ ਸੀ ਅਤੇ ਵੱਟਾਂ ਪਾਉਣੀਆਂ ਅੱਜ ਜੇ ਅੱਜ ਨਾ ਪਈਆਂ ਫਿਰ ਪੱਠੇ ਵੀ ਔਖਣ ਨੇ ਅਤੇ ਕਣਕ ਵੀ ਫਿਰ ਪੱਟ ਹੋਣਗੇ ਇਹਦਾ ਕਰਕੇ ਪਹਿਲਾਂ ਪਹਿਲਾਂ ਵੱਟਾਂ ਪਾ ਲਈਏ ਹੁਣ ਹੈ ਨਾ ਅਤੇ ਚੋਬਰ ਹੋਣੀ ਤਾਂ ਆਪਣੇ ਨਾਲ ਹੀ ਆ ਫਿਰ ਅਤੇ ਪਹਿਲਾਂ ਇੱਥੇ ਪਾਉਣੇ ਆ ਆ ਪੱਠਿਆਂ ਵਾਲੀ ਥਾਂ 'ਚ ਵੱਟਾਂ ਪਾ ਦਈਏ ਵੱਟਾਂ ਇੱਥੇ ਪੈਣੀਆਂ ਦੋ ਇੱਕ ਗੱਬੇ ਪੈ ਜਾਣੀ ਇੱਧਰ ਅਤੇ ਕੋ ਪਾਰਲੀ ਸੈੱਟ ਪਾ ਦੇਣੀ ਇੰਨੀ ਵੀ ਥਾਂ ਲੂਣਾ ਪਾਣੀ ਆਵੇ ਹੈ ਨਾ ਆ ਜਾ ਤੂੰ ਗੇੜੀਆਂ ਮਾਰ ਲਿਆ ਬਾਬੇ ਇੱਧਰ ਪੈਣੀ ਬਟ ਇੱਕ ਪੈ ਜਾਣੀ ਇੱਧਰ ਅਤੇ ਇੱਕ ਉਹ ਪਿੱਛੇ ਬਣਾਵਾਂਗੇ ਪਿੱਛੇ ਨੂੰ ਨਾ ਟੁੱਟੇ ਅਤੇ ਫਿਰ ਆਪਾਂ ਵੇਲੇ ਫਿਰ ਬਸ ਇੱਕ ਆਪਣੇ ਬਿਲਡਿੰਗ ਦਿਖ ਰਹੀ ਹੈ ਬਾਬਾ ਕਰਨ ਦਾਸ ਗੁਰੂ ਘਰ ਆ ਉਹ ਹੋਸਪਿਟਲ ਬਾਬਾ ਕਰਨ ਦਾਸ ਦਾ ਉਹ ਬਾਬਾ ਕਰਨ ਦਾਸ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਅਤੇ ਜਿਹੜੇ ਇੱਧਰ ਆ ਦੀਦਾ ਇੱਧਰ ਜਿੱਥੇ ਸ਼ਰਾਬ ਚੜ੍ਹਦੀ ਆ ਉਤਰਿਆ ਅਤੇ ਆਹ ਜਿਹੜੇ ਪੱਠੇ ਦਿਸ ਰਹੇ ਆ ਤੁਹਾਨੂੰ ਇਹਦੇ ਪਿਛਲੀ ਸਾਈਡ ਆਪਣਾ ਥਾਂ ਆ ਜਿੱਥੇ ਕਣਕ ਬੀਜੀ ਆਪਾਂ ਉੱਥੇ ਵੱਟਾਂ ਪਾਉਣੀਆਂ ਆ ਲੈ ਵੀ ਇੱਦਾਂ ਪਹਿਲਾਂ ਲਾਈਨ ਮਾਰ ਲਈ ਦੀ ਆ ਸਿਹਤ ਨੂੰ ਹੈ ਨਾ ਸਾਹਮਣੇ ਦੇਖ ਕੇ ਉਹਨੂੰ ਤੁਰੀ ਜਾਈਦਾ ਆ ਫਿਰ ਇੱਦਾਂ ਵੀ ਵੱਟ ਸਿੱਧੀ ਪੈਂਦੀ ਆ ਹੈ ਨਾ ਮੈਂ ਆਪਣੇ ਹਿਸਾਬ ਨਾਲ ਤਾਂ ਸਿੱਧੀ ਪਾਈ ਆ ਵਿੱਚ ਕਿਤੇ ਬੈਂਗ ਵੀ ਪੈ ਸਕਦਾ ਆ ਕੋਈ ਵੱਡੀ ਗੱਲ ਨਹੀਂ ਹੈ ਨਾ ਆਪਾਂ ਕਿਹੜੇ ਪੂਰੇ ਪਰਫੈਕਟ ਆ ਹੈ ਨਾ ਫਿਰ ਕਾਹਲੀ ਕਾਹਲੀ ਜਿਹੜੀ ਵੱਟ ਪਾਉਣੀ ਸੀਗੀ ਉਹ ਪਾਤੀ ਆਪਾਂ ਆਪਣੇ ਵੱਲੋਂ ਪਾਈ ਤਾਂ ਮੈਂ ਸਿੱਧੀ ਆ ਪਰ ਮੈਨੂੰ ਲੱਗਦਾ ਕੰਮ ਥੋੜ੍ਹਾ ਟੇਢਾ ਹੋ ਗਿਆ ਚੱਲ ਕੋਈ ਚੱਕਰ ਨਹੀਂ ਇੱਥੇ ਕਿਹੜਾ ਕਿਸੇ ਨੇ ਦੇਖਣਾ ਆ ਪਾਣੀ ਮੋੜਨਾ ਆ ਫਿਰ ਇੱਦਾਂ ਉੱਤੇ ਮਾੜਾ ਜਿਹਾ ਕਈ ਨਾ ਠੋਕ ਦੀਦਾ ਆ ਦੂਜੇ ਪਾਸੇ ਬਾਅਦ 'ਚ ਮਿੱਟੀ ਲਾਈਦੀ ਫਿਰ ਵੱਟ ਥੋੜ੍ਹੀ ਵਧੀਆ ਬਣ ਜਾਂਦੀ ਆ ਹੈ ਨਾ ਚੰਗੀ ਤਰ੍ਹਾਂ ਮਿੱਟੀ ਚੜ੍ਹ ਜਾਂਦੀ ਆ ਫਿਰ ਪਾਣੀ ਟੁੱਟਦਾ ਨਹੀਂ ਛੇਤੀ ਕੰਮ ਕਰਨੇ ਸੌਖੇ ਨਹੀਂ ਹੈਗੇ ਕਿਸਾਨਾਂ ਦਾ ਧੰਨਵਾਦ ਕਰਿਆ ਕਰੋ ਜਿਹੜੀ ਤੁਹਾਨੂੰ ਖਾਣ ਨੂੰ ਹੈ ਨਾ ਰੋਜ਼ੀ ਰੋਟੀ ਮਿਲਦੀ ਇਹਨਾਂ ਕਰਕੇ ਮਿਲਦੀ ਆ ਅਤੇ ਜਦੋਂ ਕਿਸਾਨ ਆਪਣਾ ਹੱਕ ਮੰਗਦੇ ਆ ਤੁਸੀਂ ਇਹਨਾਂ ਨੂੰ ਅੱਤਵਾਦੀ ਵੱਖਵਾਦੀ ਮਾਊਵਾਦੀ ਪਤਾ ਨਹੀਂ ਕੀ ਕਹਿੰਦੇ ਆ ਬਹੁਤ ਨਾ ਸ਼ੁਕਰੇ ਲੋਕ ਆ ਜਿਹੜੇ ਕਹਿੰਦੇ ਆ ਜਿਹੜੇ ਨਹੀਂ ਕਹਿੰਦੇ ਬੀਬੇ ਬੰਦੇ ਬੰਦੇ ਆ ਵਧੀਆ ਆ ਜਿਹੜੇ ਸਪੋਰਟ ਕਰਦੇ ਕਿਉਂਕਿ ਹਰੇਕ ਚੀਜ਼ ਦਾ ਮੁੱਲ ਵੱਧਦਾ ਕੋਈ ਵੀ ਪ੍ਰੋਡਕਟ ਲੈਂਦੇ ਆ ਉਹ ਜਿਹੜਾ ਪ੍ਰੋਡਕਟ ਬਣਾਉਂਦਾ ਉਹ ਆਪ ਉਹਦਾ ਮੁੱਲ ਤੈਅ ਕਰਦਾ ਅਤੇ ਜਿਹੜਾ ਕਿਸਾਨ ਆ ਆਪਣੀਆਂ ਫਸਲਾਂ ਬੀਜਦਾ ਉਹ ਆਪਣੀ ਫਸਲ ਦਾ ਮੁੱਲ ਆਪ ਤੈਅ ਨਹੀਂ ਕਰ ਸਕਦਾ ਦੇਖੋ ਕਿੱਡੀ ਵੱਡੀ ਤਰਾਸਦੀ ਹੈ ਕਿਸਾਨ ਲਈ ਹੈ ਨਾ ਸ਼ੁਕਰ ਮਨਾਇਆ ਕਰੋ ਮਹਾਰਾਜ ਦਾ ਕਿ ਪੰਜਾਬ 'ਚ ਜੰਮੇ ਆ ਇੰਡੀਆ 'ਚ ਜੰਮੇ ਆ ਅਤੇ ਇੱਥੇ ਦੇ ਕਿਸਾਨਾਂ ਦੇ ਬਾਹਰਲੇ ਕਿਸਾਨਾਂ 'ਚ ਫਰਕ ਹੈ ਇੱਥੇ ਦੇ ਕਿਸਾਨ ਹੀ ਆ ਸੋਚਦੇ ਆ ਤੁਸੀਂ ਦੁਕਾਨ ਤੋਂ ਥੋੜ੍ਹੀ ਜਿਹੀ ਚੀਜ਼ ਚੱਕ ਕੇ ਦੇ ਲਓ ਹੱਥ ਨਹੀਂ ਲਾਉਣ ਦਿੰਦੇ ਅਤੇ ਕਿਸਾਨ ਦੇ ਖੇਤ 'ਚ ਜੋ ਮਰਜ਼ੀ ਗੰਨਾ ਤੋੜ ਲਓ ਮੱਕੀ ਤੋੜ ਲਓ ਆ ਛੱਲੀਆਂ ਛੁੱਲੀਆਂ ਤੋੜ ਲਓ ਸਾਗ ਤੋੜ ਕੇ ਲੈ ਜਾਓ ਹੈ ਨਾ ਨਾਲੇ ਕਿੰਨੇ ਪੱਠੇ ਭੰਨ ਜਾਂਦੇ ਆ ਇਹ ਕਿਸਾਨ ਦਾ ਹੀ ਜਿਗਰਾ ਆ ਜੋ ਤਾਂ ਹਾਸੇ ਵਾਸਤੇ ਰਹੋ ਜੀ ਜੋ ਦੇ ਵਾਸਤੇ ਰਹੋ ਇਧਰਲਾ ਪਾਸੇ ਰਹਿ ਗਿਆ ਮਿੱਟੀ ਚਾੜਨ ਵਾਲਾ ਲੈ ਵੀ ਚੋਪਰ ਖਿਆ ਜਾਤੀ ਚਾਹ ਵੀ ਆ ਗਈ ਆਪਣੀ ਲੈ ਉਹ ਫੜਾਓ ਜੀ ਆ ਇਹ ਗਲਾਸ ਭਰ ਕੇ ਆਪਣਾ ਵੀ ਜਿਹੜੀ ਬੰਨੇ ਦੇ ਉੱਤੇ ਖੇਤਾਂ ਦੇ ਵਿੱਚ ਬਹਿ ਕੇ ਚਾਹ ਪੀਣ ਦਾ ਜਾਂ ਰੋਟੀ ਖਾਣ ਦਾ ਸਵਾਦ ਆ ਨਾ ਉਹ ਕਿਸੇ 5-star ਹੋਟਲ 'ਚ ਬਹਿ ਕੇ ਖਾਣ ਦਾ ਸਵਾਦ ਹੈ ਨਹੀਂ ਗਾ ਜਿੰਨਾ ਸਵਾਦ ਇੱਥੇ ਹਰੇਕ ਚੀਜ਼ ਖਾਣ ਦਾ ਆਉਂਦਾ ਆ ਨਾ ਜੋ ਕੰਮ ਕਰਦਾ ਕਰਦਾ ਬੰਦੇ ਨੂੰ ਪਸੀਨਾ ਆਇਆ ਹੁੰਦਾ ਭੁੱਖ ਲੱਗੀ ਹੁੰਦੀ ਹੈ ਨਾ ਅਤੇ ਉਹ ਸਵਾਦ ਹੀ ਵੱਖਰਾ ਜਦੋਂ ਆਪਣੇ ਕੰਮ ਕਰਦੇ ਕਰਦੇ ਖੇਤਾਂ ਦੇ ਵਿੱਚ ਕੁਛ ਵੀ ਆਪਾਂ ਖਾਂਦੇ ਹਾਂ ਚਾਹ ਪੀਂਦੇ ਹਾਂ ਪਾਣੀ ਪੀਂਦੇ ਹਾਂ ਜਾਂ ਰੋਟੀ ਖਾਂਦੇ ਹਾਂ ਇਹ ਨਜ਼ਾਰਾ ਵੱਖਰਾ ਹੀ ਆ ਹੈ ਨਾ ਇਹ ਸਵਾਦ ਨਹੀਂ ਲੱਭਣਾ ਕਿਤੇ ਮਰਜ਼ੀ ਚੱਲ ਜਾਓ ਬਈ ਆਪਾਂ ਚਾਹ ਪੀਣ ਲਈ ਬੈਠੇ ਸੀਗੇ ਹੌਲੀ ਹੌਲੀ ਆਪਾਂ ਲੈਟੀ ਗਏ ਹੈ ਨਾ ਥੱਲਿਓ ਮਿੱਟੀ ਠੰਡੀ ਸੀਗੀ ਕਿਉਂਕਿ ਸਰੀਰ ਗਰਮ ਹੋਇਆ ਸੀ ਕੰਮ ਕਰਕੇ ਹੈ ਨਾ
थोड़ी गरमैश जी हुई थी मिठी ठंडी उत्थे फिर दिल कर ही आता मतलब मल्ली इदा बहन है ना। फिर माता आ गई सी कोल चाह लैके फिर अं गलां बातें कर थोड़ा जिते 10 मिनट लगनी उ फिर अद्धा घंटा बैठे रहे चाह पीनी आ जाओ फिर चक चाह ना परौठा मतलब चाह चू पी के मैं आप चक लिया फोड़ा क्योंकि जिधरली साइड मैं तुरै जाना इधरली साइड तू नीवा आया नाले भारी साइड टोए आ फिर पानी का जोर इधर पैंता फिर पानी टुटता इधर मैं परले पास फोड़े के मिट्टी थोड़ी थोड़ी लिया के इधर बन्ने के नाल लाता रहा बट के नाल फिर इदा पानी एक सार चढ़ूगा इन टुटू ना है ना तो पानी सारे पास एको जहा आऊगा एक सार है ना नहीं तो उदा फिर इधर टुटता रहा पानी देखने सौखा ही लगता काम पर जोर बहुत लगता भाई सवेर का हूँ फ्री होया मैं कम तो 3 बज गए हम रोटी नसीब हो लगी है मोती से होना तो नहीं अरे यार पै चुप करके है किमें पै तू साड़ी भी सार ले लिया कर भरावा नहीं तू रोटी खा हटिया लै तू मेरे तो दोहरा गफा लग हटिया काका तू ही हो रहा मैं भी लगा छकन बर्फी कर दे समोसे सवेर में 9:30 बजे फट जाने ठीक है ओके तू धक्का कह दिया तेरा देख ला अद्धी रात तेरा सौदा वका देने लगा मैं सारा ही ठीक है दस्ताने चढ़िया कर हथा तेन दसा मैं चढ़ गए भाई हाँ ठीक है ना जो तू कर रहा सारा दुनिया सामने आया ऑन दी स्पॉट जाना सारा भाजी ठीक है ओके ये चमन अंकल का छोटा मुंडा वा मुड़ा स्माइल प्लीज घरद्या ने लिया आपू सलवान लेनी ऐदा कि हो जाए कि आप सुके चल जाइए वो ना इतने वो दूजी दीदी हैल तो ना दे इतने मोन्स्टर दीदी बस एक है भैया दूजी कितने हैल ते दूजी अपनी रेडबुल ओ माय गॉड अज भी आही चलू